ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਸਾਰੇ, ਅਤੇ ਬਹੁਤ ਬਹੁਤ ਧੰਨਵਾਦ। ਤੁਸੀਂ ਪੰਜਾਬ ਲਈ ਇੰਨਾ ਸੋਚਦੇ ਹੋ, ਤੁਸੀਂ ਪੰਜਾਬ ਵਾਸਤੇ ਇੰਨਾ ਦਰਦ ਰੱਖਦੇ ਹੋ, ਇੰਨੀ ਪੇਨ ਰੱਖਦੇ ਹੋ, ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਅਤੇ ਬਸ ਗੱਲ ਤਾਂ ਸਿਰਫ ਜਾਗਰਤੀ ਆਉਣ ਦੀ ਗੱਲ ਹੁੰਦੀ ਹੈ। ਲੋਕ ਜਾਗ ਪਏ ਨੇ ਕਿਸੇ ਵੀ ਮੁੱਦੇ 'ਤੇ, ਜਦੋਂ ਪੰਜਾਬ ਦੇ ਲੋਕ ਜਾਗ ਪੈਂਦੇ ਆ ਤਾਂ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕਿਸੇ ਗੱਲ ਦੀ। ਫਿਰ ਮੈਂ ਬੋਲਣਾ ਨਹੀਂ ਸੀ, ਮੇਰਾ ਦਿਲ ਕਰ ਰਿਹਾ ਸੀ ਵੀ ਹੁਣ ਮੈਂ ਚੁੱਪ ਕਰ ਜਾਂ, ਕਿਉਂਕਿ ਹੁਣ ਲੋਕਾਂ ਦੀ ਮੁਹਿੰਮ ਹੋ ਗਈ ਹੈ, ਲੋਕ ਇਹਨੂੰ ਲੈ ਕੇ ਤੁਰ ਪਏ ਨੇ। ਉਹ ਸਾਰੇ ਧਰਮਾਂ ਦੇ ਹਿੰਦੂ, ਸਿੱਖ, ਮੁਸਲਮਾਨ, ਜੈਨੀ, ਬੋਧੀ, ਜਿਹੜੇ ਕੋਈ ਸੋਚ ਰੱਖਦੇ ਆ, ਉਹ ਲੋਕ ਇਹਨੂੰ ਲੈ ਕੇ ਤੁਰ ਪਏ ਸੀ। ਮੇਰਾ ਪਰਸਨਲ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ, ਬਸ ਪੰਜਾਬ ਦਾ ਦਰਦ ਸੀ। ਮੈਨੂੰ ਲੱਗ ਰਿਹਾ ਸੀ ਵੀ ਇਹ ਚੀਜ਼ ਜਿਹੜੀ ਹੈ ਉੱਦਾਂ ਹੀ ਜਿੱਦਾਂ ਘੁਣ ਖਾ ਜਾਂਦੀ ਹੈ ਨਾ ਲੱਕੜੀ ਨੂੰ, ਉੱਦਾਂ ਖਾ ਰਹੀ ਹੈ। ਜਿਵੇਂ ਨਸ਼ੇ ਪਹਿਲਾਂ ਬਹੁਤ ਜ਼ਿਆਦਾ ਵੱਧ ਗਏ ਨੇ, ਉਹਦੀ ਨਰਸਰੀ ਇਹ ਚੀਜ਼ਾਂ ਸੀਗੀਆਂ। ਅਤੇ ਮੈਂ ਇਸ ਕਰਕੇ ਬੇਨਤੀ ਕੀਤੀ ਸੀ, ਪਰ ਕੀ ਹੈ ਕੁਛ ਲੋਕ ਜਿਹੜੇ ਆ ਹੁਣ, ਕੁਛ ਲੋਕ ਨਹੀਂ, ਇੱਕ ਆਪਣੇ ਸਰਦਾਰ ਅਲੀ, ਉਹਨਾਂ ਨੇ ਵੀਡੀਓ ਪਾਈ ਇੱਕ ਕਿ ਜੀ ਮਜ਼ਾਰਾਂ 'ਤੇ ਗਾਉਣ ਵਾਸਤੇ ਕੋਈ ਕਾਬਲੀਅਤ ਚਾਹੀਦੀ ਹੈ, ਕੁਆਲੀਫਿਕੇਸ਼ਨ ਚਾਹੀਦੀ ਆ। ਮੈਨੂੰ ਸਮਝ ਨਹੀਂ ਲੱਗੀ ਕੁਆਲੀਫਿਕੇਸ਼ਨ ਕਿਹੜੀ ਹੁੰਦੀ ਆ ਉਹ। ਮੈਨੂੰ ਤਾਂ ਲੱਗਦਾ ਸਿਗਰਟਾਂ ਚਿਲਮਾਂ ਦੀ ਜਾਂ ਸੂਟਿਆਂ ਦੀ ਕੁਆਲੀਫਿਕੇਸ਼ਨ ਚਾਹੀਦੀ ਹੁੰਦੀ ਹੈ, ਬਾਕੀ ਸੁਰ ਦਾ ਤਾਂ ਮੈਂ ਕਦੀ ਦੇਖਿਆ ਨਹੀਂ। ਧਿਆਨ ਰੱਖਣਾ ਚਾਹੀਦਾ, ਤੁਸੀਂ ਦੇਖੋ ਕਿਹੜੇ ਕਿਹੜੇ ਬੰਦੇ ਉੱਥੇ ਸੁਰ ਚ ਗਾਉਂਦੇ। ਜੇ ਸੁਰ ਚ ਗਾਉਣ ਦੀ ਗੱਲ ਹੁੰਦੀ ਤਾਂ ਫਿਰ ਬਰਕਤ ਸਿੱਧੂ ਸਭ ਤੋਂ ਵੱਡੇ ਤੁਹਾਡੇ ਆਰਟਿਸਟ ਹੁੰਦੇ, ਸਰਦੂਲ ਸਿਕੰਦਰ ਸਭ ਤੋਂ ਵੱਡੇ ਆਰਟਿਸਟ ਹੁੰਦੇ, ਅਤੇ ਸਲੀਮ ਨੰਬਰ 1 ਆਰਟਿਸਟ ਹੁੰਦੇ। ਪਰ ਤੁਸੀਂ ਉੱਦਾਂ ਨਹੀਂ ਕੀਤਾ, ਤੁਸੀਂ ਹੋਰ ਲੋਕਾਂ ਨੂੰ, ਤੁਹਾਡੇ ਵਰਗੇ ਖਾਸ ਕਰਕੇ ਲੋਕਾਂ ਨੂੰ ਤੁਸੀਂ ਪ੍ਰਮੋਟ ਕੀਤਾ, ਜਿਹੜੇ ਬੰਦੇ ਇਸ ਚੀਜ਼ ਦਾ ਫਾਇਦਾ ਲੈ ਰਹੇ। ਪਰ ਚਲੋ, ਮੈਂ ਉਸ 'ਤੇ ਪਰਸਨਲ ਨਹੀਂ ਜਾਣਾ ਚਾਹੁੰਦਾ, ਮੈਂ ਸਿਰਫ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਕਿ ਸਰਦਾਰ ਅਲੀ ਜੀ, ਪੀਰ ਬੁੱਧੂ ਸ਼ਾਹ, ਬਾਬਾ ਸ਼ੇਖ ਫਰੀਦ, ਇਹਨਾਂ ਲੋਕਾਂ ਨੂੰ ਇਸ ਇਹਨਾਂ ਕੂੜ ਬਾਬਿਆਂ ਨਾਲ ਨਾ ਮਿਲਾਓ। ਬਸ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਸੀ ਕਿ ਯੋਗਦਾਨ ਨੂੰ ਸਮਝੋ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਤੁਸੀਂ ਨਾਮ ਲੈਂਦੇ ਹੋ ਨਾ, ਤਾਂ ਤੁਹਾਡੇ ਅੰਦਰ ਇੱਕ ਐਨਰਜੀ ਭਰਦੀ ਹੈ, ਅਤੇ ਜੇ ਤੁਹਾਡੇ ਅੰਦਰ ਨਹੀਂ ਭਰਦੀ ਤਾਂ ਫਿਰ ਇਹਦਾ ਮਤਲਬ ਕੋਈ ਕਮੀ ਹੈਗੀ ਹੈ। ਤੁਸੀਂ ਉਹਨਾਂ ਲੋਕਾਂ ਨੂੰ ਇਹਨਾਂ ਦੇ ਨਾਲ ਨਾਮ ਲਾਓ। ਤੁਸੀਂ ਬਹੁਤ ਸਮਾਰਟਲੀ ਉਹ ਵੀਡੀਓ ਬਣਾਈ ਹੈ ਕਿ ਲੋਕਾਂ ਨੂੰ ਐਕਸਪਲਾਇਟ ਕਰਨ ਦੀ, ਇੱਦਾਂ ਹੀ ਤੁਸੀਂ ਕਰਦੇ ਹੋਵੋਗੇ ਜਾਂ ਕੀਤਾ ਹੋਏਗਾ ਤੁਸੀਂ ਪਹਿਲਾਂ, ਤਾਂ ਹੀ ਲੋਕ ਜਿਹੜੇ ਉਹ ਬਰਬਾਦ ਹੋ ਰਹੇ ਆ। ਕਿਉਂਕਿ ਜਦੋਂ ਲੋਕ ਸੋਚਦੇ ਵੀ ਯਾਰ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਬੰਦਾ ਨਾਮ ਲੈ ਰਿਹਾ, ਇਹ ਤਾਂ ਪੀਰ ਬੁੱਧੂ ਸ਼ਾਹ ਦਾ ਵੀ ਨਾਮ ਲੈ ਰਿਹਾ, ਤੁਸੀਂ ਕਦੀ ਯੋਗਦਾਨ ਦੇਖਿਆ ਉਹਨਾਂ ਦਾ? ਉਹਨਾਂ ਦੇ ਯੋਗਦਾਨ ਦੀ ਅਤੇ ਇਹਨਾਂ ਦੇ ਯੋਗਦਾਨ ਜਿਹੜੇ ਤੁਹਾਡੇ ਅੱਜ ਦੇ ਬਾਬੇ ਵੀ ਆ ਜਿਹੜੇ ਨਵੇਂ ਉੱਠ ਰਹੇ ਆ ਜਿਹਨਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਕੀ ਤੁਸੀਂ ਉਹਨਾਂ ਦਾ ਯੋਗਦਾਨ ਅਤੇ ਇਹਨਾਂ ਦੇ ਯੋਗਦਾਨ ਨੂੰ ਮਿਲਾ ਰਹੇ ਹੋ? ਸਿਰਫ ਕਬਰਾਂ ਮਜ਼ਾਰਾਂ ਦੇ ਨਾਮ ਦੇ ਉੱਤੇ ਤੁਸੀਂ ਲੋਕਾਂ ਨੂੰ ਐਕਸਪਲਾਇਟ ਕਰ ਰਹੇ ਹੋ, ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਵੀਰ ਜੀ। ਇਹ ਸਾਡੀ ਕਮਿਊਨਿਟੀ ਵਾਸਤੇ ਬੜੀ ਦੁੱਖ ਦੀ ਗੱਲ ਹੈ ਕਿ ਤੁਹਾਡੇ 'ਚ ਇੰਟਲੈਕਟ ਨਹੀਂ ਹੈਗਾ, ਤੁਹਾਡੇ ਵਿੱਚ ਵਿਦਵਤਾ ਨਹੀਂ ਹੈਗੀ। ਸੋ ਪਲੀਜ਼ ਤੁਸੀਂ ਆਪਣੀ ਸਿਆਣਪ ਦਾ ਸਬੂਤ ਵੀ ਦਿਓ, ਇਹਨੂੰ ਪਰਸਨਲੀ ਨਾ ਲਓ, ਇਹਨੂੰ ਇੱਦਾਂ ਨਾ ਸੋਚੋ ਕਿ ਤੁਹਾਡਾ ਕੰਮ ਬੰਦ ਹੋ ਜਾਏਗਾ। ਕਈ ਵਾਰੀ ਕਈ ਕੰਮ ਬੰਦ ਹੋ ਕੇ ਕਈ ਦੇਸ਼ਾਂ ਦਾ, ਪੰਜਾਬ ਦਾ, ਪ੍ਰਦੇਸ਼ਾਂ ਦਾ, ਕਮਿਊਨਿਟੀਜ਼ ਦਾ ਫਾਇਦਾ ਹੋ ਜਾਂਦਾ। ਸੋ ਇਹਦੇ ਉੱਤੇ ਵਿਚਾਰ ਕਰੋ, ਲੋਕਾਂ ਨੂੰ ਸਮਝਾਓ ਕਿ ਬਾਬਾ ਸ਼ੇਖ ਫਰੀਦ, ਬਾਬਾ ਬੁੱਲੇ ਸ਼ਾਹ, ਹਜ਼ਰਤ ਨਿਜ਼ਾਮੂਦੀਨ ਔਲੀਆ ਜਾਂ ਜਿਨ੍ਹਾਂ ਦੀ ਹਿਸਟਰੀ ਹੈ, ਇਹਨਾਂ ਦੀ ਕੀ ਹਿਸਟਰੀ ਦੱਸੋਗੇ? ਇਹਨਾਂ ਬਾਰੇ ਕੀ ਇਕੱਲੀ ਮਜ਼ਾਰ ਹੀ ਕਰੀ ਜਾਓਗੇ? ਮਜ਼ਾਰਾਂ ਤਾਂ ਬਹੁਤ ਲੋਕਾਂ ਦੀਆਂ, ਤੁਸੀਂ ਬਰਕਤ ਸਿੱਧੂ ਦੀ ਮਜ਼ਾਰ 'ਤੇ ਕਦੀ ਗਏ ਹੋ? ਕਦੀ ਤੁਸੀਂ ਸਰਦੂਲ ਸਿਕੰਦਰ ਦੀ ਮਜ਼ਾਰ ਦੇ ਉੱਤੇ ਮੇਲਾ ਲਾਇਆ? ਕਿਉਂਕਿ ਤੁਹਾਨੂੰ ਉੱਥੇ ਕੋਈ